ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਬਾਬਾ ਯੂਟਿਊਬ ਚੈਨਲ 'ਤੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜੱਦੀ ਪਿੰਡ ਹਟਕੜ ਕਲਾਂ ਵਿਖੇ ਅੱਜ ਦੇ ਜੋ ਸ਼ਹੀਦੀ ਦਿਵਸ ਮਨਾਇਆ ਗਿਆ। ਇਸ ਮੌਕੇ 'ਤੇ ਵੱਖੋ ਵੱਖ ਰਾਜਨੀਤਿਕ ਪਾਰਟੀਆਂ ਪਹੁੰਚੀਆਂ, ਮੈਡੀਕਲ ਕੈਂਪ ਲਗਾਏ ਗਏ ਔਰ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਬਾਬਾ ਯੂਟਿਊਬ ਚੈਨਲ 'ਤੇ ਕਸ਼ਮੀਰ ਲਾਲ ਕੈਦ ਕਰਜਾ ਦੀ ਵਿਸ਼ੇਸ਼ ਰਿਪੋਰਟ। ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਜੀ ਦੀ ਯਾਦ ਨੂੰ ਸਮਰਪਿਤ ਨਰੋਆ ਪੰਜਾਬ ਸੰਸਥਾ ਦੇ ਸਹਿਯੋਗ ਨਾਲ ਸਵੇ ਖੂਨਦਾਨ ਕੈਂਪ ਪਿੰਡ ਖਟਕੜ ਕਲਾਂ ਵਿਖੇ ਲਗਾਇਆ ਗਿਆ। ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਬਾਬਾ ਯੂਟਿਊਬ ਚੈਨਲ 'ਤੇ ਕਸ਼ਮੀਰੀ ਲਾਲ ਕੈਂਪ ਦੀ ਇਹ ਵਿਸ਼ੇਸ਼ ਰਿਪੋਰਟ ਔਰ ਇਸ ਦੇ ਵਿੱਚ ਤਕਨੀਕੀ ਸਹਿਯੋਗ ਬਲੱਡ ਬੈਂਕ ਸਿਵਲ ਹਸਪਤਾਲ ਬੰਗਾ ਵੱਲੋਂ ਔਰ ਸਰਦਾਰ ਬਰਜਿੰਦਰ ਸਿੰਘ ਹੁਸੈਨਪੁਰੀ ਸਰਪ੍ਰਸਤ ਨਰੋਆ ਪੰਜਾਬ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ। ਭਾਅ ਜੀ, ਇਹ ਖੂਨਦਾਨ ਕੈਂਪ ਦੇ ਸੰਬੰਧ ਦੇ ਵਿੱਚ ਕੀ ਕਹਿਣਾ ਚਾਹੋਗੇ? ਦੇਖੋ, ਪਹਿਲਾਂ ਤਾਂ ਮੈਂ ਇੱਥੇ ਆਪਣੇ ਪੱਤਰਕਾਰ ਭਾਈਚਾਰੇ ਦਾ ਆਉਣ ਦਾ ਬਹੁਤ ਬਹੁਤ ਧੰਨਵਾਦ ਕਰਦਾ। ਸਾਡਾ ਜਿਹੜਾ ਕੈਂਪ ਹੈ ਪੰਜਾਬ ਟੈਕਸੀ ਓਪਰੇਟਰ ਯੂਨੀਅਨ ਰਜਿਸਟਰ ਨੰਬਰ 31 ਨਵਾਂਸ਼ਹਿਰ ਟੀਮ ਵੱਲੋਂ ਇਹ ਕੈਂਪ ਲੱਗ ਰਿਹਾ ਜੀ, ਜਿਹੜਾ ਕਿ ਸਾਡਾ 7ਵਾਂ ਬਲੱਡ ਕੈਂਪ ਹੈ। ਅਤੇ ਇਹਦੇ ਵਿੱਚ ਤਕਰੀਬਨ ਅਸੀਂ ਪਿਛਲੀ ਵਾਰ ਜੋ ਸਾਡਾ ਕੈਂਪ ਲੱਗਿਆ ਸੀ ਸੇਮ ਇੱਥੇ ਹੀ ਆਪਣੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ, ਉਹਦੇ ਵਿੱਚ ਜਿਹੜਾ ਸਾਨੂੰ ਨਿਫਾ ਸੰਸਥਾ ਦੇ ਵੱਲੋਂ ਕਰਨਾਲ ਵਿੱਚ ਨੈਸ਼ਨਲ ਦਾ ਅਵਾਰਡ ਮਿਲਿਆ ਸੀ, ਕਿਉਂਕਿ ਸਭ ਤੋਂ ਵੱਧ ਬਲੱਡ ਕੈਂਪ ਸਾਡੇ ਸੀਗੇ ਜੀ। ਅਤੇ ਇਹਦੇ ਨਾਲ ਹੀ ਸਾਡੀ ਜਿੰਨੀ ਵੀ ਨਵਾਂਸ਼ਹਿਰ ਦੀ ਟੀਮ ਹੈ ਅਤੇ ਬਾਕੀ ਹੋਰ ਸਾਡੇ ਨਾਲ ਦੇ ਜਿਹੜੇ ਜਿਹੜੇ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਪ੍ਰਧਾਨ ਸਾਹਿਬ ਆਏ ਨੇ, ਰੋਪੜ ਜ਼ਿਲ੍ਹੇ ਤੋਂ ਪ੍ਰਧਾਨ ਸਾਹਿਬ ਨੇ, ਅਤੇ ਹੋਰ ਬਾਕੀ ਨਾਲ ਦੇ ਲੁਧਿਆਣਾ ਅਤੇ ਜਲੰਧਰ ਫਤਿਹਗੜ੍ਹ ਸਾਹਿਬ ਸਾਰੇ ਸਾਡੇ ਕੋਲ ਇੱਥੇ ਅੱਜ ਪਹੁੰਚਣੇ ਆ, ਅਤੇ ਉਹਨਾਂ ਨੇ ਸਾਰਿਆਂ ਨੇ ਆ ਕੇ ਇੱਥੇ ਬਲੱਡ ਡੋਨੇਟ ਕਰਨਾ ਜੀ। ਸਾਡਾ ਇਹੀ ਉਹਦਾ ਮਨ ਤੋਂ ਹੁੰਦਾ ਵੀ ਜਿੱਥੇ ਵੀ ਵੱਧ ਤੋਂ ਵੱਧ ਬਲੱਡ ਡੋਨੇਟ ਕੀਤਾ ਜਾ ਸਕੇ ਜਾਂ ਕਿਸੇ ਨੂੰ ਸੈੱਲ ਦੀ ਲੋੜ ਹੈ ਕਿਸੇ ਵੇਲੇ ਵੀ, ਜਦੋਂ ਮਰਜ਼ੀ ਪੰਜਾਬ ਟੈਕਸੀ ਓਪਰੇਟਰ ਯੂਨੀਅਨ ਰਜਿਸਟਰ ਨੰਬਰ 31 ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦਾ। ਸਾਡੇ ਜ਼ਿਲ੍ਹੇ ਪ੍ਰਧਾਨ ਪਲਵਿੰਦਰ ਸਿੰਘ ਜੀ, ਰਾਣਾ ਰੋੜੀ ਜੀ, ਜੋ ਹਰ ਵੇਲੇ ਇਸ ਕੈਂਪ ਦੇ ਜੁਝਾਰੂ ਸਾਡੇ ਯੋਧੇ ਨਾਲ ਰਹਿੰਦੇ ਆ, ਇਹਨਾਂ ਨਾਲ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਹਾਂ। ਜਾਂ ਸਾਡੇ ਬਲਾਕਾਂ ਦੇ ਪ੍ਰਧਾਨ ਸਾਡੇ ਸੁਖਬੀਰ ਸਿੰਘ ਸੁੱਖੀ ਜੀ, ਔਰ ਬਲਾਕ ਪ੍ਰਧਾਨ ਨੇ ਸਾਡੇ ਰੈਂਕਲ ਭਾਜੀ ਰੈਂਕਲ ਭਾਜੀ ਸਾਡੇ ਬੰਗਿਆ ਬਲਾਕ ਪ੍ਰਧਾਨ ਨੇ, ਸਾਡੇ ਜਤਿੰਦਰ ਕੁਮਾਰ ਸੋਨੂੰ ਜੀ ਬਲਾਚੌਰ ਤੋਂ ਬਲਾਕ ਪ੍ਰਧਾਨ ਨੇ, ਰਾਹੋਂ ਤੋਂ ਸਾਡੇ ਬਲਾਕ ਪ੍ਰਧਾਨ, ਅਤੇ ਇਹ ਸਾਰੇ ਤਕਰੀਬਨ 6 ਬਲਾਕ ਦੇ 6 ਬਲਾਕਾਂ ਦੇ ਸਾਡੇ ਪ੍ਰਧਾਨ ਨਾਲ ਕਿਸੇ ਨਾਲ ਵੀ ਤੁਸੀਂ ਸੰਪਰਕ ਕਰਕੇ ਪੂਰੀ ਅਤੇ ਆਪਣੇ ਜਿਹੜੇ ਜ਼ਿਲ੍ਹੇ ਵਿੱਚੋਂ ਕਿਸੇ ਨੂੰ ਬਲੱਡ ਦੀ ਲੋੜ ਹੈ ਜਿੱਥੇ ਮਰਜ਼ੀ ਤੁਹਾਨੂੰ ਸੰਪਰਕ ਕਰ ਸਕਦੇ। ਵਿਸ਼ੇਸ਼ ਸਹਿਯੋਗ ਇਸ ਕੈਂਪ ਲਈ ਕਿਹਨਾਂ ਦਾ ਰਹਿੰਦਾ? ਵਿਸ਼ੇਸ਼ ਸਹਿਯੋਗ ਸਾਡੇ ਹਰ ਵਾਰ ਜਿਹੜਾ ਨਰੋਆ ਪੰਜਾਬ ਸੰਸਥਾ ਹੈ ਜੀ, ਸਰਦਾਰ ਬਰਜਿੰਦਰ ਸਿੰਘ ਹੁਸੈਨਪੁਰ ਜੀ, ਉਹਨਾਂ ਦਾ ਸਹਿਯੋਗ ਰਹਿੰਦਾ, ਉਹਨਾਂ ਦੇ ਛਤਰ ਸ਼ਾਹ ਇਹ ਸਾਡੇ ਕੈਂਪ ਚੱਲਦੇ ਰਹਿੰਦੇ ਆ ਜੀ, ਅਤੇ ਇਸ ਵਾਰ ਵੀ ਉਹਨਾਂ ਦੇ ਵੱਲੋਂ ਸਹਿਯੋਗ ਸਾਨੂੰ ਮਿਲਿਆ। ਅਤੇ ਇਕੱਲਾ ਉਹਨਾਂ ਦਾ ਨਹੀਂ, ਬਾਕੀ ਹੋਰ ਵੀ ਜਿੰਨੇ ਸਾਡੇ ਸੰਸਥਾਵਾਂ ਹੋਰ ਵੀ ਨੇ, ਉਹਨਾਂ ਸਾਰੀਆਂ ਦਾ ਸਾਨੂੰ ਸੰਸਥਾਵਾਂ ਦਾ ਯੋਗਦਾਨ ਮਿਲਦਾ। ਇੱਥੇ ਅੱਜ ਵਿਸ਼ੇਸ਼ ਤੌਰ 'ਤੇ ਸਾਡੇ ਨਾਲ ਮਨਜੀਤ ਸਿੰਘ ਰਾਏ ਜੀ, ਭਾਰਤੀ ਕਿਸਾਨ ਜਿਹਨੇ ਦੁਆਬਾ ਪੰਜਾਬ ਦੇ ਪ੍ਰਧਾਨ ਸਾਹਿਬਾਨ ਅਤੇ ਸਾਡੇ ਸੰਧੂ ਸਾਹਿਬ ਸਾਡੇ ਵਿੱਚ ਪਹੁੰਚੇ ਆ, ਇਹਨਾਂ ਦਾ ਅਸੀਂ ਇੱਥੇ ਆਇਆਂ 'ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਭਾਅ ਜੀ, ਕਿੰਨਵੇਂ ਖੂਨ ਲੋਟ ਦਾ 7ਵਾਂ ਬਲੱਡ ਕੈਂਪ? ਥੈਂਕ ਯੂ। ਅੱਜ ਸ਼ਹੀਦੀ ਦਿਵਸ ਹੈ 30 ਮਾਰਚ, ਜਿਹੜਾ ਸਾਡੇ ਇਲਾਕੇ ਦੇ ਵਿੱਚ ਹਮੇਸ਼ਾ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਔਰ ਅੱਜ ਇਸ ਦਿਹਾੜੇ ਦੇ ਉੱਤੇ ਇੱਕ ਬਹੁਤ ਹੀ ਨੇਕ ਕੰਮ ਸਾਡੇ ਸਰਕਾਰਯੋਗ ਸਾਥੀ ਸਾਹਿਬ ਬਲਵੀਰ ਸਿੰਘ ਸਾਂਢੀ ਜੀ ਔਰ ਇਹਨਾਂ ਦੇ ਸਾਰੇ ਜਿੰਨੇ ਵੀ ਦੋਸਤ ਹੈ ਉਹਨਾਂ ਵੱਲੋਂ ਇੱਕ ਬਹੁਤ ਅੱਛਾ ਬਲੱਡ ਡੋਨੇਸ਼ਨ ਕੈਂਪ ਲਾ ਕੇ ਕੀਤਾ ਜਾ ਰਿਹਾ ਹੈ। ਔਰ ਮੈਂ ਸਮਝਦਾ ਕਿ ਖੂਨਦਾਨ ਮਹਾਂਦਾਨ ਜਿਹੜਾ ਇਹ ਮੰਨਿਆ ਜਾਂਦਾ ਹੈ, ਕਿਸੇ ਨੂੰ ਵੀ ਜਿਹੜਾ ਕੋਈ ਸੱਟ ਲੱਗੀ ਹੈ ਜਾਂ ਲੋੜ ਬਣ ਰਿਹਾ ਉਹਨੂੰ ਖੂਨ ਦੇ ਕੇ ਉਹਦੀ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ। ਔਰ ਸ਼ਹੀਦ ਅੱਜ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਜਿੱਥੇ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ, ਉਹਨਾਂ ਦੇ ਪਾਏ ਹੋਏ ਵਿਦੇਸ਼ ਦੇ ਪ੍ਰਤੀ ਕੰਮਾਂ ਨੂੰ ਯਾਦ ਕਰਦੇ ਹਾਂ, ਉਹਨਾਂ ਨੂੰ ਯਾਦ ਕਰਦੇ ਹਾਂ ਔਰ ਉਹਨਾਂ ਦੀ ਸੋਚ 'ਤੇ ਚੱਲਣ ਲਈ ਅੱਜ
हज़ार नौजवान जो कसम खाते हैं और नाल दी नाल इस नेक काम के अपना योगदान पाते हैं। खूनदान दे के शहीद आजम भगत सिंह को एक बहुत अच्छी श्रद्धांजलि के रूप के जरा वाला उपराला करते हैं। मैं सारे सलाम करता सलूट करता है और इस ऑर्गेनाइज कैंप के साहब रजिंदर सिंह सैनपुरी साहब जो बहुत अच्छे दानी है समाज सेवी है उन्होंने भी इस गल बधाई दिखा और उन्होंने प्रशंसा करता बहुत बहुत धन्यवाद। जय तुसी की समझते हो कि जिस तरह की मतलब हैगा कि इन्ने साल साढ़े आज़ादी हो गए हैगे आ पर जिहड़ा देश तां साडा बेरोज़गारी जिहड़ी आ उह अज तक खत्म नहीं होई हैगी उल्टा जिहड़ा नशा आ नशे वल इन्ना लोकां दा रुझान हो गया हैगा आ इह तुसी कि कमी कित्थे समझदे आ? देखो गल इह आ कि जिथे सरकारां दीआं जिहड़ियां आपां सोचदे आ कि सरकारां दी जिहड़ी इहदे विच नाकामयाबी है उहदे विच साडा सारिआं दा ही मैं समझदा कि ना कि कोई ना कोई समाज का भी इस योगदान होंदा सारे लोग मिल के हमला पान तां जिहड़ा समाज एक दूजे पासे चलता है। जे सरकारां दे विच कोई कम्मां दी घाट है तां साडे सारिआं दे विच मैं समझदा हो सकदी है और असीं सारे लोग इस चीज़ के जिम्मेवार हैं। जे कि नौजवान जिहड़े साडे नशा वल नूं गए है वो जिहड़े कई नौजवान पिछले समय देश दी मुख धारा तों भी गए है और वो सारिया चीज़ों की जी समस्या आई है वो जरा शहीद आजम भगत सिंह की जी सोच है जिन्हों करके उन्होंने देश में आज़ाद कराया था अपनी जाना कुर्बान की उन्होंने ये जरा सुपना देखा जी देश की आज़ादी का वो जरा कितना कितने जरूर घाट आई है। थोड़ी गल बिल्कुल सही है और यह नाच कामयाबी जी है जिसे सरकार की उसे सारे दिवस से की कहोगे जी? अज शहीद आजम भगत सिंह जी के शहीद दिवस से हर साल की तरह अपना फर्ज समझते हुए इतने मत्था टेकन आए और अरदास करन आए कि जिस सोच नाल उन्होंने इस देश की आज़ादी वास्ते अपना जिहड़ा बलिदान दिता सीगा उस सोच नूं मुक्त रखदे उस मुल्क नूं इस मुल्क नूं अगे लैके जाण वास्ते वो सानूं ताकत देन और ये जिहड़ा औखा समा जिहड़ा चल रहा उहदे चों सानू बाहर कढ़न और सानू सही तरीके ने गाइड कर सकते यही उन्होंने तो आशीर्वाद लेना चाहिए और सरबत के भले वास्ते अरदास भी। हाँ जी रोड़ी साहब थानू असी ये पूछना चाहते हाँ कि आज़ादी इन्ने बरे हो गए है कि असी उन्हों की सोच से पहरा दिता भगत सिंह होना की बिल्कुल बाकी जिदा कि साड़ी जी पंजाब टैक्सी यूनियन वो साढ़े भगत सिंह जी की जो भी पहरा पूरी दे रही आ देंदे रहेंगे तो नौजवानों यही सीख देवे भी नशियां तो दूर रहो तो कित भी इदा ब्लड कैंप या होर भी अपने संस्था काम करती है उत्थे नाल सहयोग दो तो साढ़े इतने जोड़े बहरले जिले तो आए हैं उन्हों का भी बहुत बहुत धन्यवाद। तो सब तो बड़ा सहयोग साढ़े खटखट कला के सरपंच साहब तो पूरी पंचायत का बहुत बड़ा सहयोग आ जेडे कि हरेक कैंप से सानू पंचायत घर कैंप लाने लिए देंदे आ ते मैं उन्होंने पूरी खटखट कला की सरपंच साहब का तो पूरी पंचायत का बहुत बहुत धन्यवाद करदा तो हर वेले ऋणी रहेंगे तो जदों भी कितने लोड़ पैंदी आ ते ब्लड की आपां इन्हां नूं मुहिम करा के देवांगे तो सारे वीरां का बहुत बहुत धन्यवाद। हाँ जी राज साहब शहीद आजम सरदार भगत सिंह जी के इस शहीदी दिवस में समर्पित तुसी नौजवानों नूं विशेष करके की सुनेहा देना चाहोगे? देखो ये साढ़े कह दो कि माण की गल है शहीद भगत सिंह जी जिहड़े है वो साढ़े पंजाब तो नवांशहर खटखट कला हुए ने सो मैं समझदा कि ये साढ़े लिए वड्डी माण की गल है इन्हां तों सेध लैनी चाहीदी आ। असीं जदों बाहरलियां स्टेटां 'च भी जाने हैं तो मैं समझता पंजाब नालों भी वध तुसीं हरियाणा चल जाओ यूपी चल जाओ बिहार चल जाओ कितें भी चले जाओ उत्थे जा के भी भगत सिंह जी इन्हां दे बुत लाए हुए ने रोज़ फुल अर्पित करते हैं यह वड्डी माण की गल है। सो कौम के लिए कम करना गर्व की गल है। नौजवानों को तो एक अपील करांगे कि इस योगदान के जिवें अज इन्होंने पंजाब टैक्सी यूनियन नंबर 31 वालों ये योगदान कैंप लगाया गया खटखट कला विखे सो इदा के सहयोग जिन्हों का सहयोग देन इन्हों और नशिया तो दूर रहन तो पंजाब की गल कर नवे नवे पंजाब की गल हो क्योंकि बहुत पिछले समय के नशिया के लिप्त हो जाए गए नौजवान
उन्होंने उस राय तो कढ़ के चंगे पासे तोड़ना, नौजवानी अच्छे राय को तोड़ना, सेहतमंद रखना, पंजाब को सेहतमंद रखना एक चंगी गल है। और ये वड्डा योगदान जिहड़ा आ साडे वीर जिहड़े पंजाब टैक्सी यूनियन नंबर 31 वाले ये इतने नहीं इन्हें दूंगी कि जो पता लगे कि इन्हों बाहरिया स्टेटा भी इन्होंने संपर्क ने जिते भी तुम्हें लोड़ हो पंजाब तो बाद उत्ते भी हर सहायता भी है उन्होंने। सो वाहेगुरू चढ़ती कला रखे इस सारे परिवार की और यही सेहत जी नौजवानों को दें कि देश के कौम के लिखे अपना जिन्ना भी समा लग सकता तन मन धन सेवा करनी चाहिए।